at my direction, the United States successfully concluded an airstrike in Kabul, Afghanistan, that killed the emir of Al-Qaeda, Ayman al-Zawahiri. ਓਸਾਮਾ ਬਿਨ ਲਾਦੇਨ ਦੇ ਖਾਸਮ ਖਾਸ ਮੰਨੇ ਜਾਂਦੇ ਅਲ ਕਾਇਦਾ ਦੇ ਆਗੂ ਆਇਮਨ ਅਲ ਜ਼ਵਾਹਿਰੀ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਮਾਰ ਦੇਣ ਦਾ ਦਾਅਵਾ ਅਮਰੀਕਾ ਨੇ ਕੀਤਾ। ਇਹ ਹੈ ਜੀ ਆਇਮਨ ਅਲ ਜ਼ਵਾਹਿਰੀ। ਰਾਸ਼ਟਰਪਤੀ ਜੋ ਬਾਈਡਨ ਨੇ ਬਾਕਾਇਦਾ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਨੇ ਅਲ ਕਾਇਦਾ ਦੇ ਆਗੂ ਯਾਨੀ ਕਿ ਅਲ ਜ਼ਵਾਹਿਰੀ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਮਾਰ ਦਿੱਤਾ ਹੈ। ਬਾਈਡਨ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਅਲ ਜ਼ਵਾਹਿਰੀ ਨੂੰ ਡਰੋਨ ਹਮਲੇ ਦੇ ਵਿੱਚ ਮਾਰਿਆ ਗਿਆ ਹੈ। ਆਇਮਨ ਅਲ ਜ਼ਵਾਹਿਰੀ ਨੂੰ ਮਾਰਨ ਦੀ ਇਹ ਪੂਰੀ ਕਾਰਵਾਈ ਕਿਵੇਂ ਹੋਈ, ਜੋ ਬਾਈਡਨ ਯਾਨੀ ਕਿ ਪ੍ਰੈਜ਼ੀਡੈਂਟ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਕੀ ਕਹਿੰਦੇ ਨੇ ਇਸ ਬਾਰੇ, ਅਲ ਜ਼ਵਾਹਿਰੀ ਸੀ ਕੌਣ, ਇੱਕ ਆਈ ਸਰਜਨ ਸਨ, ਇਸ ਤੋਂ ਇਲਾਵਾ ਉਹਨਾਂ ਨੇ ਕੀ ਕੁਝ ਕੀਤਾ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ, ਅਤੇ ਤਾਲਿਬਾਨ ਦੀ ਇਸ ਉੱਤੇ ਕੀ ਪ੍ਰਤੀਕਿਰਿਆ ਹੈ, ਇਹ ਸਾਰੀਆਂ ਗੱਲਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ। ਮੈਂ ਹਾਂ ਸੁਨੀਲ ਕਟਾਰੀਆ ਅਤੇ ਤੁਸੀਂ ਦੇਖ ਰਹੇ ਹੋ BBC ਪੰਜਾਬੀ। ਐਤਵਾਰ ਨੂੰ ਅੱਤਵਾਦ ਖਿਲਾਫ਼ ਆਪਰੇਸ਼ਨ ਦੌਰਾਨ CIA ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਇੱਕ ਡਰੋਨ ਅਟੈਕ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਹੈ ਕਿ ਅਲ ਜ਼ਵਾਹਿਰੀ ਅਮਰੀਕੀ ਨਾਗਰਿਕਾਂ ਦੇ ਖਿਲਾਫ਼ ਕਤਲ ਅਤੇ ਹਿੰਸਾ ਦਾ ਦੋਸ਼ੀ ਸੀ। ਉਹਨਾਂ ਨੇ ਇਹ ਵੀ ਆਖਿਆ ਕਿ ਹੁਣ ਇਨਸਾਫ਼ ਹੋ ਗਿਆ ਹੈ ਅਤੇ ਇਹ ਦਹਿਸ਼ਤਗਰਦ ਆਗੂ ਨਹੀਂ ਰਿਹਾ। ਬਾਈਡਨ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਵੱਲੋਂ ਇਸ ਹਮਲੇ ਦੀ ਬਾਕਾਇਦਾ ਇਜਾਜ਼ਤ ਦਿੱਤੀ ਗਈ ਸੀ। ਬਾਈਡਨ ਨੇ ਕੀ ਕੁਝ ਕਿਹਾ ਉਹ ਸੁਣਦੇ ਹਾਂ। ਜ਼ਵਾਹਿਰੀ ਵਾਸ ਬਿਨ ਲਾਦਨਸ ਲੀਡਰ, ਹੀ ਵਾਸ ਵਿਦ ਹਿਮ ਆਲ ਦ ਹੋਲ ਟਾਈਮ, ਹੀ ਵਾਸ ਹਿਸ ਨੰਬਰ 2 ਮੈਨ, ਹਿਸ ਡੈਪਟੀ ਐਟ ਦ ਟਾਈਮ ਦ ਟੈਰਰਿਸਟ ਅਟੈਕ 9/11. ਹੀ ਵਾਸ ਡੀਪਲੀ ਇਨਵੋਲਵਡ ਇਨ ਦ ਪਲੈਨਿੰਗ ਆਫ 9/11, ਵਨ ਆਫ ਦ ਮੋਸਟ ਰਿਸਪੋਨਸਿਬਲ ਫਾਰ ਦ ਅਟੈਕਸ ਦੈਟ ਮਰਡਰਡ 2,977 ਪੀਪਲ ਔਨ ਅਮੈਰੀਕਨ ਸੋਇਲ। ਉਧਰ ਅਧਿਕਾਰੀਆਂ ਵੱਲੋਂ ਆਖਿਆ ਗਿਆ ਹੈ ਕਿ ਅਲ ਜ਼ਵਾਹਿਰੀ ਇੱਕ ਸੁਰੱਖਿਅਤ ਘਰ ਦੀ ਬਾਲਕਨੀ ਦੇ ਵਿੱਚ ਮੌਜੂਦ ਸੀ ਜਦੋਂ ਡਰੋਨ ਹਮਲੇ ਰਾਹੀਂ ਉਹਨਾਂ ਦੇ ਉੱਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ। ਇਸ ਦੌਰਾਨ ਉਸਦੇ ਹੋਰ ਪਰਿਵਾਰਕ ਮੈਂਬਰ ਵੀ ਉੱਥੇ ਮੌਜੂਦ ਸਨ, ਪਰ ਇਸ ਹਮਲੇ ਵਿੱਚ ਸਿਰਫ ਅਤੇ ਸਿਰਫ ਆਇਮਨ ਅਲ ਜ਼ਵਾਹਿਰੀ ਦੀ ਹੀ ਮੌਤ ਦੀ ਗੱਲ ਕੀਤੀ ਗਈ ਹੈ। ਹੁਣ ਜਾਣਦੇ ਹਾਂ ਕਿ ਆਇਮਨ ਅਲ ਜ਼ਵਾਹਿਰੀ ਕੌਣ ਸੀ। ਜੇ ਅਲ ਜ਼ਵਾਹਿਰੀ ਦੇ ਪੇਸ਼ੇ ਦੀ ਗੱਲ ਕੀਤੀ ਜਾਵੇ ਤਾਂ ਉਹ ਪੇਸ਼ੇ ਤੋਂ ਅੱਖਾਂ ਦੇ ਸਰਜਨ ਸਨ ਅਤੇ ਉਹਨਾਂ ਨੇ ਮਿਸਰ ਦੇ ਵਿੱਚ ਇਸਲਾਮਿਕ ਜਿਹਾਦ ਮਿਲੀਟੈਂਟ ਸਮੂਹ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਸੀ। 2011 ਦੇ ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਉਹ ਅਲ ਕਾਇਦਾ ਦੇ ਮੁਖੀ ਬਣੇ। ਇਸ ਤਸਵੀਰ ਵਿੱਚ ਤੁਸੀਂ ਉਹਨਾਂ ਦੇ ਨਾਲ ਓਸਾਮਾ ਬਿਨ ਲਾਦੇਨ ਨੂੰ ਵੀ ਦੇਖ ਸਕਦੇ ਹੋ। ਇਸ ਤੋਂ ਪਹਿਲਾਂ ਅਕਸਰ ਅਲ ਜ਼ਵਾਹਿਰੀ ਨੂੰ ਓਸਾਮਾ ਬਿਨ ਲਾਦੇਨ ਦੇ ਨਜ਼ਦੀਕੀ ਦੇ ਤੌਰ 'ਤੇ ਹੀ ਦੇਖਿਆ ਜਾਂਦਾ ਸੀ ਅਤੇ ਅਲ ਕਾਇਦਾ ਦੀ ਵਿਚਾਰਧਾਰਾ ਪਿੱਛੇ ਉਹਨਾਂ ਦਾ ਵੱਡਾ ਹੱਥ ਵੀ ਮੰਨਿਆ ਜਾਂਦਾ ਸੀ। ਕੁਝ ਮਾਹਰਾਂ ਮੁਤਾਬਕ ਤਾਂ ਅਮਰੀਕਾ ਉੱਪਰ 9/11 ਦੇ ਹਮਲਿਆਂ ਪਿੱਛੇ ਵੀ ਉਹਨਾਂ ਦਾ ਹੀ ਦਿਮਾਗ ਮੰਨਿਆ ਜਾਂਦਾ ਹੈ। 80 ਦੇ ਦਹਾਕੇ ਦੌਰਾਨ ਉਹਨਾਂ ਨੂੰ ਜੇਲ੍ਹ ਵੀ ਹੋਈ ਸੀ ਅਤੇ ਰਿਹਾਈ ਤੋਂ ਬਾਅਦ ਉਹਨਾਂ ਨੇ ਮਿਸਰ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਹਿੰਸਕ ਜਿਹਾਦੀ ਮੁਹਿੰਮਾਂ ਵਿੱਚ ਵੀ ਹਿੱਸਾ ਲਿਆ। ਅਫਗਾਨਿਸਤਾਨ ਆਉਣ ਤੋਂ ਬਾਅਦ ਉਹਨਾਂ ਨੇ ਓਸਾਮਾ ਬਿਨ ਲਾਦੇਨ ਦੇ ਨਾਲ ਹੱਥ ਮਿਲਾਇਆ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਦੋਹਾਂ ਨੇ ਮਿਲ ਕੇ ਹੀ ਅਮਰੀਕਾ ਉੱਪਰ ਵਰਲਡ ਟ੍ਰੇਡ ਸੈਂਟਰ ਉੱਤੇ ਅਟੈਕ ਯਾਨੀ ਕਿ ਸਪਟੈਂਬਰ 2011 ਦੇ ਹਮਲੇ ਕੀਤੇ। ਓਸਾਮਾ ਬਿਨ ਲਾਦੇਨ ਨੂੰ ਲੱਭਣ ਅਤੇ ਮਾਰਨ ਵਿੱਚ ਅਮਰੀਕਾ ਨੂੰ ਤਕਰੀਬਨ ਇੱਕ ਦਹਾਕੇ ਦਾ ਸਮਾਂ ਲੱਗਿਆ। ਇਸ ਤੋਂ ਬਾਅਦ ਅਲ ਜ਼ਵਾਹਿਰੀ ਅਲ ਕਾਇਦਾ ਦੇ ਮੁਖੀ ਬਣੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਮੁਤਾਬਕ ਅਲ ਜ਼ਵਾਹਿਰੀ ਹੋਰ ਵੀ ਕਈ ਹਿੰਸਕ ਹਮਲਿਆਂ ਦਾ ਮਾਸਟਰਮਾਈਂਡ ਸੀ, ਜਿਨ੍ਹਾਂ ਵਿੱਚ ਸਾਲ 2000 ਦੇ ਵਿੱਚ ਅਮਰੀਕਾ ਨੇਵੀ ਉੱਪਰ ਹੋਏ ਹਮਲੇ ਵੀ ਸ਼ਾਮਲ ਨੇ। ਇਸ ਹਮਲੇ ਵਿੱਚ 17 ਅਮਰੀਕੀ ਨਾਵਿਕਾਂ ਦੀ ਮੌਤ ਵੀ ਹੋਈ ਸੀ। ਬਾਈਡਨ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਭਾਵੇਂ ਤੁਸੀਂ ਜਿੱਥੇ ਮਰਜ਼ੀ ਲੁਕ ਜਾਓ ਅਤੇ ਜਿੰਨਾ ਮਰਜ਼ੀ ਲੰਬਾ ਸਮਾਂ ਲੱਗੇ, ਜੇ ਤੁਸੀਂ ਅਮਰੀਕਾ ਦੇ ਲੋਕਾਂ ਲਈ ਖਤਰਾ ਹੋ, ਅਸੀਂ ਤੁਹਾਨੂੰ ਲੱਭਾਂਗੇ ਅਤੇ ਖਤਮ ਕਰ ਦੇਵਾਂਗੇ। ਅਲ ਜ਼ਵਾਹਿਰੀ ਦੇ ਉੱਤੇ ਹੋਏ ਹਮਲੇ ਦੀ ਤਾਲਿਬਾਨ ਦੀ ਕੀ ਪ੍ਰਤੀਕਿਰਿਆ ਹੈ, ਆਓ ਜਾਣਦੇ ਹਾਂ। ਉੱਧਰ ਤਾਲਿਬਾਨ ਦੇ ਬੁਲਾਰੇ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਸਿਧਾਂਤਾਂ ਦੇ ਖਿਲਾਫ਼ ਦੱਸਿਆ ਹੈ।
ਤਾਲਿਬਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਅਜਿਹੀਆਂ ਗਤੀਵਿਧੀਆਂ ਪਿਛਲੇ 20 ਸਾਲਾਂ ਦੇ ਅਸਫਲ ਤਜਰਬਿਆਂ ਨੂੰ ਦਰਸਾਉਂਦੀਆਂ ਨੇ ਅਤੇ ਇਹ ਅਮਰੀਕਾ, ਅਫਗਾਨਿਸਤਾਨ ਅਤੇ ਇਸ ਇਲਾਕੇ ਦੇ ਲਈ ਠੀਕ ਨਹੀਂ ਹੈ। ਜੇ ਹੁਣ ਅਮਰੀਕੀ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਇਹ ਆਪਰੇਸ਼ਨ ਪੂਰੀ ਤਰ੍ਹਾਂ ਕਾਨੂੰਨੀ ਸੀ। ਇਹ ਗਤੀਵਿਧੀ ਅਮਰੀਕੀ ਫੌਜਾਂ ਦੇ ਅਫਗਾਨਿਸਤਾਨ ਤੋਂ ਵਾਪਸੀ ਦੇ ਤਕਰੀਬਨ 1 ਸਾਲ ਬਾਅਦ ਹੋਈ ਹੈ। ਅਮਰੀਕਾ ਵੱਲੋਂ ਅਲਜ਼ਵਾਰੀ ਦੀ ਮੌਤ ਨੂੰ ਜਿੱਤ ਦੇ ਤੌਰ 'ਤੇ ਵੇਖਿਆ ਜਾਵੇਗਾ, ਪਰ ਪਿਛਲੇ ਸਾਲ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਅਲਜ਼ਵਾਰੀ ਇਸਲਾਮਿਕ ਸਟੇਟ ਵਰਗੇ ਨਵੇਂ ਸਮੂਹਾਂ ਤੋਂ ਦੂਰ ਹੀ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਹੁਣ ਅਲਕਾਇਦਾ ਦਾ ਇੱਕ ਨਵਾਂ ਆਗੂ ਉਭਰੇਗਾ, ਪਰ ਸ਼ਾਇਦ ਇਸ ਤੋਂ ਪਹਿਲਾਂ ਰਹੇ ਆਗੂ ਉਸਾਮਾ ਬਿਨ ਲਾਦੇਨ ਅਤੇ ਅਲਜ਼ਵਾਰੀ ਜਿੰਨਾ ਉਸਦਾ ਦਬਦਬਾ ਨਾ ਹੋਵੇ। ਅਫਗਾਨਿਸਤਾਨ ਤੋਂ ਪਿਛਲੇ ਸਾਲ ਹੀ ਰਾਸ਼ਟਰਪਤੀ ਬਾਈਡਨ ਨੇ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾ ਲਿਆ ਸੀ। ਅਮਰੀਕੀ ਫੌਜੀਆਂ ਦੀ ਵਾਪਸੀ ਨੂੰ 1 ਸਾਲ ਪੂਰਾ ਹੋ ਗਿਆ ਅਤੇ ਅਲਜ਼ਵਾਰੀ ਨੂੰ ਬਾਈਡਨ ਨੇ ਮਾਰਨ ਦੀ ਮਨਜ਼ੂਰੀ ਦਿੱਤੀ। 2 ਸਾਲ ਪਹਿਲਾਂ 2020 ਦੇ ਵਿੱਚ ਤਾਲਿਬਾਨ ਦੇ ਨਾਲ ਅਮਰੀਕਾ ਨੇ ਇੱਕ ਸ਼ਾਂਤੀ ਸਮਝੌਤਾ ਕੀਤਾ ਸੀ, ਜਿਸ ਵਿੱਚ ਉਸਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਮੁਲਕ ਵਿੱਚ ਅਲਕਾਇਦਾ ਨੂੰ ਪਨਾਹ ਨਹੀਂ ਦੇਵੇਗਾ। ਤਾਲਿਬਾਨ ਨੇ ਕਿਸੇ ਵੀ ਦਹਿਸ਼ਤਗਰਦ ਗਰੁੱਪ ਨੂੰ ਪਨਾਹ ਨਾ ਦੇਣ ਦੀ ਗੱਲ ਵੀ ਕਹੀ ਸੀ। ਹਾਲਾਂਕਿ ਤਾਲਿਬਾਨ ਅਤੇ ਅਲਕਾਇਦਾ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਨੇ। ਅਮਰੀਕੀ ਅਧਿਕਾਰੀਆਂ ਮੁਤਾਬਕ ਤਾਲਿਬਾਨ ਨੂੰ ਇਹ ਵੀ ਪਤਾ ਸੀ ਕਿ ਅਲਜ਼ਵਾਰੀ ਕਾਬੁਲ ਵਿੱਚ ਮੌਜੂਦ ਹੈ। 2011 ਵਿੱਚ ਜਦੋਂ ਉਸਾਮਾ ਬਿਨ ਲਾਦੇਨ ਮਾਰਿਆ ਗਿਆ ਤਾਂ ਉਸ ਵੇਲੇ ਜੋ ਬਾਈਡਨ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ, ਹੁਣ ਉਹਨਾਂ ਨੇ ਬਤੌਰ ਰਾਸ਼ਟਰਪਤੀ ਅਲਕਾਇਦਾ ਦੇ ਦੂਜੇ ਅਹਿਮ ਆਗੂ ਆਇਮਨ ਅਲਜ਼ਵਾਰੀ ਨੂੰ ਮਾਰੇ ਜਾਣ ਦਾ ਐਲਾਨ ਕੀਤਾ ਹੈ। ਇਹ ਸੀ ਸਾਡਾ ਵਿਸ਼ੇਸ਼ ਵੀਡੀਓ ਆਇਮਨ ਅਲਜ਼ਵਾਰੀ ਉੱਤੇ, ਜੋ ਕਿ ਅਲਕਾਇਦਾ ਦੇ ਆਗੂ ਸਨ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਕਾਬੁਲ ਵਿੱਚ ਅਮਰੀਕਾ ਨੇ ਇੱਕ ਕਾਰਵਾਈ ਦੌਰਾਨ ਡਰੋਨ ਅਟੈਕ ਦੌਰਾਨ ਮਾਰਨ ਦਾ ਦਾਅਵਾ ਕੀਤਾ, ਔਰ ਇਸ ਦੀ ਪੁਸ਼ਟੀ ਬਕਾਇਦਾ ਜੋ ਬਾਈਡਨ, ਜੋ ਪ੍ਰੈਜੀਡੈਂਟ ਨੇ ਅਮਰੀਕਾ ਦੇ, ਉਹਨਾਂ ਨੇ ਵੀ ਕੀਤੀ ਹੈ। ਤੁਸੀਂ ਸਾਡੀ ਵੈਬਸਾਈਟ bbc.com/punjabi ਤੇ ਵੀ ਆ ਸਕਦੇ ਹੋ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਲਈ। ਜਿਸ ਅਲਜ਼ਵਾਰੀ ਦੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਖਬਰ ਵੀ ਤੁਹਾਨੂੰ ਇੱਥੇ ਮਿਲੇਗੀ ਵੈਬਸਾਈਟ 'ਤੇ, ਪਰ ਫਿਲਹਾਲ ਜਿਹੜੀ ਲੀਡ ਖਬਰ ਤੁਸੀਂ ਦੇਖ ਰਹੇ ਹੋ ਇਹ ਰਾਸ਼ਟਰਮੰਡਲ ਖੇਡਾਂ ਦੇ ਨਾਲ ਜੁੜੀ ਹੋਈ ਹੋਈ ਹੈ। ਪੰਜਾਬ ਦੇ ਨਾਭਾ ਦੇ ਇੱਕ ਪਰਿਵਾਰ ਤੋਂ ਆਉਂਦੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੇਟ ਲਿਫਟਿੰਗ ਦੇ ਵਿੱਚ ਬ੍ਰੌਂਸ ਮੈਡਲ ਜਿੱਤਿਆ। ਇਸ ਤੋਂ ਇਲਾਵਾ ਹੋਰ ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ, ਸੁਣਨ, ਪੜ੍ਹਨ ਦੇ ਲਈ ਤੁਸੀਂ ਇੱਥੇ ਆ ਸਕਦੇ ਹੋ। ਫਿਲਹਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਹਾਸਿਲ ਹੋਈ ਹੋਏਗੀ। ਇਸ ਤੋਂ ਇਲਾਵਾ ਸਾਡੇ ਵਿਸ਼ੇਸ਼ ਐਕਸਪਲੇਨਰ ਦੇਖਣ ਲਈ ਤੁਸੀਂ ਸਾਡੇ ਯੂਟਿਊਬ 'ਤੇ ਵੀ ਆ ਸਕਦੇ ਹੋ। ਬਹੁਤ ਬਹੁਤ ਧੰਨਵਾਦ।